ਅੱਜ ਹੈਗੇ ਹਾਂ ਜੀ ਗੇੜੀ 'ਤੇ, ਜਾਮਾ ਦੇ ਬੁਲਟ ਆਪਣੇ ਕੋਲ, ਨਹਿਰੋ ਨਹਿਰ ਜਾ ਰਹੇ ਹਾਂ। ਮੌਸਮ ਦੇਖੋ ਕਿੱਡਾ ਵਧੀਆ। ਇਹ ਆਪਾਂ ਹੈਗੇ ਹਾਂ ਕੋਈ ਦਰਾਹੇ ਤੋਂ ਅੰਦਰਲੇ ਪਾਸੇ ਲਾਗੇ, ਪਿੰਡ ਕਿਹੜਾ ਹੈ ਜੀ ਮੈਨੂੰ ਨਾਮ ਨਹੀਂ ਪਤਾ, ਜਿੱਦਾਂ ਹੀ ਪੜ੍ਹਦਾ ਦੱਸਦਾ। ਆ ਮੇਲਾ ਸ਼ਹਿਰ ਨਾਲ ਨਾਲ ਫੈਦੇ ਲੱਗੇ ਹੋਏ ਆ। ਰੋਡ ਦੇਖੋ ਕਿੱਡੀ ਘੈਂਟ ਆ। ਆਪਾਂ ਚੱਲੇ ਜੀ, ਵੈਸੇ ਅੱਜ ਸੰਡੇ ਹੋਣ ਕਰਕੇ ਗੇੜੀ ਛੇੜੀ, ਅਤੇ ਮਾੜਾ ਮੋਟਾ ਕੁਝ ਖਾਣ ਪੀਣ ਕਰ ਆਵਾਂਗੇ। ਰਾਹ ਦੇਖੋ ਕਿੱਡਾ ਘੈਂਟ, ਨਜ਼ਾਰਾ ਆ ਰਿਹਾ ਨਾ ਪੂਰਾ ਯਾਰ। ਰੋਡ ਬਹੁਤ ਸ਼ਾਨਦਾਰ ਆ। ਸ਼ਾਂਤੀ ਪਈ ਆ ਉਰੇ, ਉੱਦਾਂ ਪੂਰੀ ਗਰਮੀ ਵਾਲਾ ਮੌਸਮ ਆ, ਪਰ ਇੱਧਰ ਪੂਰੀ ਸ਼ਾਂਤੀ ਪਈ ਆ। ਪਤਾ ਨਹੀਂ ਆਉਂਦੀ ਦਰੱਖਤਾਂ ਦੀ ਛਾਵੇਂ, ਅਤੇ ਹਵਾ ਵੀ, ਹਵਾ ਚੱਲ ਨਹੀਂ ਰਹੀ ਜਿੱਦਾਂ ਬਾਈਕ 'ਤੇ ਵਧੀਆ ਹਵਾ ਲੱਗ ਰਹੀ ਆ। ਨਹਿਰ ਵੀ ਫੁੱਲ ਪਈ ਆ ਪੂਰੀ। ਟਾਈਮ ਆ ਮੈਨੂੰ ਲੱਗਦਾ, ਅਤੇ ਨਾਲ ਆ ਗਿਆ ਪੁਲ ਜਾਂਦਾ ਜਾਂਦਾ ਰਾਹ ਸਿੱਧਾ ਦਰਾਹੇ ਨੂੰ, ਅਤੇ ਅੰਦਰ ਨੂੰ ਰਾਣਾ ਸਾਹਿਬ ਵੱਲ ਨੂੰ ਸੱਜੇ ਪਾਸੇ, ਅਤੇ ਆਪਾਂ ਚੱਲੇ ਹਾਂ ਉੱਧਰ ਨੂੰ। ਮੌਸਮ ਦੇਖੋ ਜੀ ਕਿੰਨਾ ਵਧੀਆ। ਨਾ ਕੋਈ ਗੁਰਦੁਆਰਾ ਸਾਹਿਬ ਆ, ਹੁਣ ਆਪਾਂ ਨਹਿਰ ਦੇ ਨਾਲ ਨਾਲ ਜਾ ਰਹੇ ਹਾਂ। ਦੇਖੋ ਕਿਆ ਨਜ਼ਾਰਾ, ਦੇਖੋ ਉੱਤੋਂ ਜਿੱਦਾਂ ਦਰੱਖਤਾਂ ਨੇ ਨਾ ਛੱਤ ਹੀ ਪਾਲੀ ਹੁੰਦੀ ਆ। ਓਏ ਹੋਏ ਕਿਆ ਬਾਤ ਆ। ਆਪਾਂ ਆਪਣੇ ਮਤਲਬ ਸਟੋਪੇਜ 'ਤੇ ਪਹੁੰਚ ਗਏ ਹਾਂ। ਇੱਥੇ ਹੀ ਪਿਛਲੀ ਵਾਰ ਰੀਲਰ ਵੀ ਬਣਾਈਆਂ ਸੀ, ਨਲਕਾ ਵੀ ਲੱਗਿਆ ਰਹੇ, ਟਿਕਟਾਂ ਵੀ ਆ, ਖਾਣ ਪੀਣ ਦਾ ਪੂਰਾ ਪ੍ਰਬੰਧ ਆ। ਆ ਗਿਆ ਆਪਾਂ ਆਪਣੇ ਪੁਰਾਣੇ ਸਟੋਪ 'ਤੇ ਜਿੱਥੇ ਪਹਿਲਾਂ ਰੁਕੇ ਸੀਗੇ। ਇੱਥੇ ਰੀਲਾਂ ਰੂਲਾਂ ਕਿੰਨੀਆਂ ਬਣਾਈਆਂ ਸੀ ਬਾਬਿਆਂ ਦੀ ਬਰਸੀ ਆ, ਰਾੜਾ ਸਾਹਿਬ ਵਾਲਿਆਂ ਦੀ, ਗੁਰਦੁਆਰਾ ਲੱਗ ਗਈ ਹੈ ਤਾਂ ਕਰਕੇ ਹੁਣ ਚਿਕਨ ਵਗੈਰਾ ਇੱਥੇ ਬਣਦਾ, ਬਣਨਾ ਨਹੀਂ ਮਤਲਬ ਕਿ ਅਸੀਂ ਉਹ ਮੂਡ ਨਾ ਆਏ ਸੀਗੇ ਖਾਣ ਪੀਣ ਦੇ, ਅਤੇ ਪਰ ਚਲੋ ਹੁਣ ਕੁਛ ਹੋਰ ਖਾਵਾਂਗੇ ਗਾਂਹ ਜਾ ਕੇ। ਬਟ ਲੋਕੇਸ਼ਨ ਦੇਖੋ ਕਿੱਡੀ ਘੈਂਟ ਆ। ਆਹ ਖੜਾ ਸੈਨੀ ਦਾ ਬੁਲਟ, ਅਤੇ ਆਹ ਖੜਾ ਯਾਮਾ। ਅੱਛਾ ਇਹ ਪੁੜੀ ਵੀ ਗੰਦਾ ਨਾਲਾ ਬਣਿਆ ਹੋਇਆ। ਲੈ ਵੀ ਇੱਥੇ ਵੀ ਗੰਦੇ ਨਾਲੇ ਵਾਂਗੂ ਘਸਮਾਣ ਪਿਆ ਹੋਇਆ। ਆਹ ਲੱਗਾ ਨਲਕਾ ਜੇ ਨਜ਼ਰ ਆਉਂਦਾ ਹੋਵੇ। ਹੁਣ ਚੱਲੀਏ ਪਿੰਡ ਵੱਲ ਨੂੰ, ਨਾਲੇ ਪਿੰਡ ਦਿਖਾਉਂਦੇ ਹਾਂ।
ਬਸ ਯਾਰ ਪਿੰਡਾਂ ਵਾਲਾ ਹੀ ਮਾਹੌਲ ਆ, ਇੱਧਰਲਾ ਨਜ਼ਾਰੇਦਾਰ ਮਾਹੌਲ ਆ, ਖੁੱਲੀਆਂ ਖੁੱਲੀਆਂ ਕੋਠੀਆਂ, ਨਾ ਕੋਈ ਟ੍ਰੈਫਿਕ, ਨਾ ਰੌਲਾ ਰੱਪਾ। ਅਬਦੁੱਲਾ ਸਵੀਟਸ ਬਵਾਣੀ, ਇਹ ਪਿੰਡ ਬਵਾਣੀ ਲੱਗਦਾ। ਘਰ ਦੇਖੋ ਇੱਧਰ ਕਿੰਨੇ ਵਧੀਆ ਨੇ, ਪਿੰਡਾਂ 'ਚ ਨਾਲੀਆਂ ਨਾ ਇਹਨਾਂ ਨਾਲ ਮਾੜੀ ਮਾੜੀ ਸਮੈਲ ਆਉਂਦੀ ਹੁੰਦੀ ਆ, ਮਤਲਬ ਕਿ ਇੱਕ ਫੀਲਿੰਗ ਹੀ ਵੱਖਰੀ ਆ ਤੁਸੀਂ। ਇੱਦਾਂ ਦਾ ਗੇਟ ਮੈਨੂੰ ਬਹੁਤ ਪਸੰਦ ਆ, ਪੁਰਾਣੇ ਇੱਦਾਂ ਦੇ ਗੇਟ ਹੁੰਦੇ ਨੇ ਸਾਰੇ ਪਿੰਡਾਂ ਦੇ ਘਰਾਂ ਦੇ ਵੱਡੇ ਵੱਡੇ। ਆਹ ਦੇਖੋ ਸਾਰੇ ਡਿਜ਼ਾਇਨ ਤਕਰੀਬਨ ਇੱਦਾਂ ਦੇ ਹੁੰਦੇ ਸੀ। ਆਈ ਹੋਪ ਆਵਾਜ਼ ਠੀਕ ਆ ਰਹੀ ਹੋਣੀ ਆ। ਟਾਵਾਂ ਟਾਵਾਂ ਜਾਂ ਪਿੰਡਾਂ ਹੁਣ ਜਿੱਥੇ, ਵੈਸੇ ਨਾਲੀਆਂ ਵੀ ਜਿੱਥੇ ਕਿ ਨੇ ਪਿੰਡਾਂ 'ਚ, ਮਤਲਬ ਕਿ ਇੱਧਰਲੇ ਪਾਸੇ ਪਿੰਡਾਂ 'ਚ ਸਾਰਿਆਂ ਨੇ ਤਕਰੀਬਨ ਹੈਗੀਆਂ। ਕਿੰਨਾ ਨਜ਼ਾਰਾ ਯਾਰ ਪਿੰਡ 'ਚ ਘੁੰਮਣ ਦਾ, ਉੱਥੇ ਬਿਨਾਂ ਗੱਲੋਂ। ਹਰੇ ਭਰੇ ਖੇਤ, ਖੁੱਲੀਆਂ ਖੁੱਲੀਆਂ ਕੋਠੀਆਂ, ਆ ਗਏ ਆਪਾਂ ਪਿੰਡ ਲੰਡੇ। ਵੈਸੇ ਘੁੰਮਦੇ ਘੁੰਮਦੇ ਆਪਾਂ ਆ ਗਏ ਹਾਂ ਪਿੰਡ ਲੰਡੇ। ਦੇਖਦੇ ਆਪਾਂ ਦਰਾਹੇ ਵੱਲ ਨਿਕਲਦੇ ਹਾਂ ਜਾਂ ਕਿੱਧਰ ਨਿਕਲਦੇ ਹਾਂ। ਸਾਹਮਣੇ ਆ ਗਿਆ ਕੋਈ ਪਾਰਕ ਜਿਹਾ, ਕੀ ਆ ਇਹ, ਜ਼ਿਆਦਾ ਪਾਣੀ ਦਾ ਟ੍ਰੀਟਮੈਂਟ ਹੈਗਾ ਕੋਈ ਸਿਸਟਮ। ਬਾਪੂ ਜੀ ਦੀ ਬਨੈਣ ਦੇਖੋ, ਖੇਤਾਂ ਨੂੰ ਕੰਮ ਕੁੰਮ ਕਰਕੇ ਆਏ ਆ, ਪੂਰੀ ਪਸੀਨੇ ਨਾਲ ਭਿੱਜੀ ਆ। ਘਰ ਦਾ ਬਣਿਆ ਦੁੱਧ, ਲੱਸੀ, ਘਿਓ, ਇਹ ਪਿੰਡਾਂ ਨਹੀਂ ਮਿਲਦਾ, ਸ਼ਹਿਰਾਂ ਇਹਨਾਂ ਮਿਲਾਵਟ ਹੀ ਰਹਿ ਗਈ। ਛੱਪੜਾ ਕਿ ਖੇਤਾਂ ਨੇ ਪਾਣੀ ਲਾਇਆ ਹੋਇਆ ਜਾ, ਪਰ ਇਹ ਲੱਗਦਾ ਨਹੀਂ ਛੱਪੜਾ, ਨਹੀਂ ਤਾਂ ਗੰਦਾ ਜਿਹਾ ਹੁੰਦਾ ਛੱਪੜ। ਬੱਸ ਅੱਡਾ ਆ ਗਿਆ, ਬੱਸ ਅੱਡਾ ਹੀ ਆ, ਹਾਂ ਬੱਸ ਸਟੈਂਡ ਹੀ ਆ।
ਬੜਾ ਸੋਹਣਾ ਹੈ ਨਾ। ਅਤੇ ਆਪਾਂ ਪਹੁੰਚ ਗਏ ਹਾਂ ਦਰਾਏ ਵਾਲੀ ਨਹਿਰ 'ਤੇ। ਆਪਾਂ ਜਾ ਕੇ ਮਿਲਦੇ ਹਾਂ ਜਿਹੜੀ ਦਰਾਹੇ ਨੂੰ ਰੋਡ ਜਾਂਦੀ ਆ, ਉੱਥੇ ਜਾ ਕੇ ਖਾਂਦੇ ਹਾਂ ਪਕੌੜੇ ਪਕੂੜੇ, ਚਾਹ ਚੂਹ ਪੀਂਦੇ ਹਾਂ। ਸਾਡੀ ਕਿਸਮਤ 'ਚ ਝੋਲਾ ਹੋ ਗਿਆ, ਉੱਥੇ ਵੀ ਨਹੀਂ ਕੁਝ ਮਿਲਿਆ, ਇੱਥੇ ਵੀ ਪਕੌੜੇ ਖਤਮ। ਅਸੀਂ ਸਵੇਰੇ ਚਾਹ ਚੂਹ ਪੀਵਾਂਗੇ, ਹੁਣ ਚਿਕਨ ਵਾਲਾ ਇੱਥੇ ਇੱਕ ਹੋਰ ਆ ਉਹ ਲੱਭਦੇ ਹਾਂ। ਇਹ ਆ ਜੀ ਮੇਨ ਦਰਾਹੇ ਦਾ ਬਾਜ਼ਾਰ, ਦਰਾਹਾ ਸ਼ਹਿਰ। ਮੇਨ ਦਰਾਹੇ ਦੇ ਬਾਜ਼ਾਰ 'ਚ ਹੈਗਾ ਦਰਾਹੇ ਦਾ ਬਾਜ਼ਾਰ। ਹੁਣ ਇੱਥੋਂ ਚੱਲ ਪਏ ਹਾਂ ਵਾਪਸੀ ਲੁਧਿਆਣੇ ਵੱਲ ਨੂੰ। ਵੈਦਰ ਅਤੇ ਮੌਸਮ ਦੇਖੋ ਰਿਹਾ ਕਿੰਨਾ ਸ਼ਾਂਤ ਜਿਹਾ ਹੈ ਨਾ ਸਨੀ, ਘੈਂਟ ਨਾ ਨਜ਼ਾਰੇਦਾਰ ਨਾ ਮੌਸਮ। ਅਤੇ ਆਹ ਇੱਕ ਚੀਜ਼ ਮੇਨ, ਮੈਂ ਇੱਥੇ ਕਾਹਦੇ ਲਈ ਰੁਕਿਆ, ਕਿੰਨਾ ਸੋਹਣਾ ਵਿਊ ਆ, ਮੱਝਾਂ ਖੜੀਆਂ ਨੇ, ਉਹ ਗੱਡਾ ਖੜਾ। ਕਿੰਨੀ ਨਜ਼ਾਰੇਦਾਰ ਜਗ੍ਹਾ ਯਾਰ, ਪੂਰੀ ਸ਼ਾਂਤੀ ਵਾਲੀ। ਉਹ ਮੰਜਾ ਪਿਆ, ਦੁੱਧ ਮਿਲ ਜਾਂਦਾ ਤੁਹਾਡੇ ਕੋਲੋਂ? ਮਿਲਦਾ ਦੁੱਧ? ਦੁੱਧ ਕਿੰਨੇ ਰੁਪਏ ਲੀਟਰ ਦਿੰਦੇ ਹੋ? 60 ਰੁਪਏ ਕਿਲੋ। 70 ਰੁਪਏ ਕਿਲੋ। 70 ਰੁਪਏ ਕਿਲੋ ਆ। ਹੈ ਕਿ ਨਹੀਂ ਯਾਰ ਨਜ਼ਾਰੇਦਾਰ ਰੋਡ। ਅਸੀਂ ਉਹ ਪਰਲੇ ਪਾਸੇ ਟ੍ਰੈਫਿਕ ਸੀਗਾ, ਅਸੀਂ ਕਿਹਾ ਥੋੜ੍ਹਾ ਸ਼ਾਂਤੀ ਵਾਲੇ ਪਾਸੇ ਚੱਲੀਏ। ਇੱਧਰ ਦੇਖੋ ਨਜ਼ਾਰਾ ਕਿੰਨਾ, ਆਫ ਰੋਡ ਪੈਚ ਆ ਗਿਆ, ਬਹੁਤ ਹੀ ਨਿੱਕਾ ਜਿਹਾ ਘੱਟ ਜਿਹਾ। ਬਾਅਦ 'ਚ ਵੀਡੀਓ ਦੇ ਦੀ ਮੈਨੂੰ 360। ਬਾਅਦ ਆਪਾਂ ਲੁਧਿਆਣੇ ਪਹੁੰਚਣ ਵਾਲੇ ਹਾਂ। ਆ ਗਏ ਜੀ ਦੁਬਾਰਾ ਮੇਨ ਰੋਡ 'ਤੇ, ਸੂਰਜ ਦੇਖੋ ਕਿੰਨਾ ਵਧੀਆ ਲੱਗਦਾ। ਲਓ ਜੀ ਇੰਨੇ ਸੋਹਣੇ ਮੌਸਮ ਦੇ ਨਾਲ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਹਾਂ। ਆਈ ਹੋਪ ਮਾੜੀ ਮੋਟੀ ਵੀਡੀਓ ਇੰਟਰਟੇਨਿੰਗ ਲੱਗੀ ਹੋਣੀ ਆ। ਜਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ।